ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਚੈਨਲ 'ਤੇ। ਅੱਜ ਆਪਾਂ ਬਣਾਵਾਂਗੇ ਜੀ ਛੋਲੇ ਪੂਰੀਆਂ। ਇਹਦੇ ਲਈ ਆਪਾਂ ਪਿਆਜ਼, ਲਸਣ, ਹਰੀ ਮਿਰਚ ਅਤੇ ਅਦਰਕ ਲਿਆ, ਇਹ ਟਮਾਟਰ ਲਿਆ ਜੀ। ਆਪਾਂ ਇਹਨੂੰ ਸਾਰੇ ਨੂੰ ਪੀਸ ਕੇ ਗ੍ਰਾਇੰਡ ਕਰ ਲਵਾਂਗੇ। ਆਪਾਂ ਕੜਾਹੀ ਗੈਸ ਦੇ ਉੱਤੇ ਰੱਖ ਲਈ ਹੈ ਜੀ। ਹੁਣ ਇਹਦੇ ਵਿੱਚ ਪਾਵਾਂਗੇ ਘਿਓ, ਘਿਓ ਆਪਣਾ ਗਰਮ ਹੋ ਗਿਆ ਜੀ। ਹੁਣ ਇਹਦੇ ਵਿੱਚ ਜੀਰਾ ਪਾਵਾਂਗੇ, ਪਿਆਜ਼ ਅਤੇ ਹਰੀ ਮਿਰਚ ਦਾ ਪੇਸਟ, ਪਿਆਜ਼ ਆਪਣੇ ਥੋੜ੍ਹੇ ਲਾਲ ਹੋ ਗਏ ਨੇ ਜੀ। ਹੁਣ ਇਹਦੇ ਵਿੱਚ ਟਮਾਟਰ ਦਾ ਪੇਸਟ, ਇਹਦੇ ਵਿੱਚ ਹੀ ਆਪਾਂ ਅਦਰਕ ਅਤੇ ਲਸਣ ਪੀਸ ਲਿਆ ਸੀ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜੀ। ਇਹ ਮਿਰਚ ਆਪਾਂ ਇਹਦੇ ਨਾਲ ਹੀ ਪਾ ਦਾਂਗੇ ਜੀ, ਇਹਦੇ ਨਾਲ ਕਲਰ ਵਧੀਆ ਆਊਗਾ ਸਬਜ਼ੀ ਦਾ। ਬਾਕੀ ਮਸਾਲੇ ਬਾਅਦ 'ਚ ਪਾਵਾਂਗੇ। ਸ਼ੁਰੂ ਮਸਾਲਾ ਆਪਣਾ ਬਣ ਗਿਆ ਜੀ। ਹੁਣ ਇਹਦੇ ਵਿੱਚ ਨਮਕ ਪਾਵਾਂਗੇ ਸਵਾਦ ਅਨੁਸਾਰ, ਮੈਂ ਥੋੜ੍ਹਾ ਜਿਹਾ ਘੱਟ ਪਾ ਰਹੀ ਹਾਂ ਕਿਉਂਕਿ ਪਹਿਲਾਂ ਛੋਲਿਆਂ 'ਚ ਪਾਇਆ ਹੋਇਆ। ਹਲਦੀ ਪਾ ਦੇਣੀ, ਗਰਮ ਮਸਾਲਾ, ਛੋਲੇ ਮਸਾਲੇ, ਚੰਗੀ ਤਰ੍ਹਾਂ ਮਿਕਸ ਕਰਾਂਗੇ। ਥੋੜ੍ਹਾ ਜਿਹਾ ਪਾਵਾਂਗੇ ਇਹਦੇ ਵਿੱਚ ਪਾਣੀ ਤਾਂ ਕਿ ਆਪਣੇ ਮਸਾਲੇ ਚੰਗੀ ਤਰ੍ਹਾਂ ਭੁੱਲ ਜਾਣ। ਆਪਣਾ ਮਸਾਲਾ ਤਿਆਰ ਹੈ ਜੀ। ਇਹਦੇ ਵਿੱਚ ਆਪਾਂ ਪਾਵਾਂਗੇ ਉੱਪਰ ਦੇ ਛੋਲੇ, ਨਾਲ ਹੀ ਇਹਦੇ ਵਿੱਚ ਪਾਣੀ ਪਾ ਦਾਂਗੇ ਆਪਾਂ। ਜਿੰਨਾ ਕੁ ਤੁਸੀਂ ਕਾੜੀ ਪਤਲੀ ਰੱਖਦੇ ਹੋ ਉਸ ਹਿਸਾਬ ਨਾਲ ਪਾਣੀ ਪਾ ਸਕਦੇ ਹੋ। ਹੁਣ ਆਪਾਂ ਇਹਨੂੰ ਢੱਕ ਕੇ ਪੱਕਣ ਦੇਵਾਂਗੇ ਜੀ, ਅਤੇ ਬਾਅਦ 'ਚ ਦਿਖਾਉਂਦੇ ਹਾਂ ਇਹਨੇ ਆਪਾਂ ਪੂਰੀਆਂ ਦੀ ਤਿਆਰੀ ਕਰਨੀ। ਆਪਾਂ ਤੇਲ ਗਰਮ ਹੋਣ ਲਈ ਗੈਸ 'ਤੇ ਰੱਖ ਦਿੱਤਾ ਜੀ, ਅਤੇ ਇੱਧਰ ਆਪਾਂ ਪੇੜੇ ਕਰਕੇ ਪੂਰੀਆਂ ਬਣਾਉਂਦੇ ਹਾਂ। ਇਹ ਆਪਾਂ ਸਿੰਪਲ ਆਟਾ ਲਿਆ ਜੀ, ਇਹਦੇ ਵਿੱਚ ਥੋੜ੍ਹੀ ਜਿਹੀ ਅਜਵਾਇਣ ਅਤੇ ਥੋੜ੍ਹਾ ਜਿਹਾ ਦਹੀਂ ਪਾ ਕੇ ਗੁੰਨ ਲਿਆ ਸੀ ਇਹਨੂੰ। ਹੁਣ ਆਪਾਂ ਪੂਰੀਆਂ ਬਣਾਉਂਦਾ, ਇਸ ਤਰ੍ਹਾਂ ਆਪਾਂ ਸਾਰੇ ਪੇੜੇ ਕਰਕੇ ਤਿਆਰ ਕਰ ਲਾਂਗੇ ਜੀ, ਅਤੇ ਵੇਲ ਕੇ ਬਣਾਵਾਂਗੇ ਪੂਰੀ। ਪੂਰੀ ਆਪਣੀ ਫੁੱਲ ਗਈ ਹੈ ਜੀ, ਦੋਨੇ ਪਾਸੇ ਇਸੇ ਤਰ੍ਹਾਂ ਹੀ ਰਾੜ ਦਾਂਗੇ। ਇਹ ਆਪਣੀ ਆਟੇ ਦੀਆਂ ਪੂਰੀਆਂ ਜੀ, ਤਾਂ ਕਰਕੇ ਥੋੜ੍ਹਾ ਜਿਹਾ ਕਲਰ ਬਰਾਊਨ ਹੈ, ਮੈਦੇ ਦੀਆਂ ਚਿੱਟੀ ਹੁੰਦੀਆਂ ਜੀ। ਪੂਰੀ ਬਣ ਕੇ ਤਿਆਰ ਆ, ਆਪਣੇ ਆਟੇ ਨੂੰ ਬਾਹਰ ਕੱਢ ਲਾਂਗੇ ਜੀ। ਦੂਸਰੀ ਪੂਰੀ ਵੀ ਆਪਣੀ ਬਣ ਗਈ ਹੈ, ਇਹਨੂੰ ਵੀ ਬਾਹਰ ਕੱਢ ਲਈ। ਲਓ ਜੀ ਪੂਰੀਆਂ ਬਣ ਕੇ ਆਪਣੀਆਂ ਤਿਆਰ ਨੇ, ਤੁਸੀਂ ਵੀ ਬਣਾਓ ਅਤੇ ਖਾਓ। ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ, ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਸਾਡੀ ਵੀਡੀਓ ਦੇਖਣ